ਅਮਰੂਦ ਲੱਭਣ ਡਿਆ ਜੀ। ਕਿਉਂ ਰਾਤੀ ਲਾਏ ਸੀ ਤੂੰ? ਉਹ ਲਾਏ ਨੀ ਕਮਲਿਆ, ਉਗਦੇ ਆ ਇਹਦੇ ਤੇ। ਇਹਦੇ ਤੇ ਤਿੰਨ ਜੋਗਾ ਹੂਤ ਲੈਣ ਦੇ ਇਹਦੇ ਤੇ। ਇਹਦੇ ਤੇ ਇਹਨੂੰ ਕੀ ਆ? ਪਰ ਹਾਲੇ ਏਦਾਂ ਨੀ ਹੋਇਆ ਵੀ ਇਹਦੇ ਅਮਰੂਦ ਲੱਗਣ। ਪਾਣੀ ਸਾਣੀ ਲਾ, ਇਹਦੀ ਕੋਈ ਸੇਵਾ ਕਰ ਰਿਹਾ ਹੋਵੇ। ਲੱਗਦਾ 1933 ਦਾ ਪਾਣੀ ਲੱਗਾ ਇਹਨੂੰ। ਕਿੰਨੀ ਖੁਸ਼ਕੀ, ਇੰਨੀ ਤੇਰੀ ਪਿੰਡੀਆਂ ਤੇ ਨਹੀਂ ਜਿੰਨੀ ਇਹਨੂੰ। ਉਹ ਯਾਰ ਇਹਨੂੰ ਪਾਣੀ ਲਾਉਣਾ, ਹੋਰ ਮੈਂ ਇਹਨੂੰ ਮਤਲਬ ਚਪੇੜਾ ਲਾਉਣਾ। ਤੂੰ ਲੱਭਣ ਐਂਡੜਿਆ, ਜਿਵੇਂ ਪਤਾ ਨੀ ਵੀ ਤੇਰੇ ਮਰੂਦ ਲੱਗਦਾ ਹੋਣ ਗਿਆ। ਯਾਰ ਕਿਤੇ ਮਿੱਠਾ ਲੱਗਦਾ, ਕਿਤੇ ਕੋਈ ਕੱਚਾ ਵਾ, ਕੋਈ ਸਾਬ, ਕੋਈ ਹੋਰ ਤੱਕ ਨਾ ਤੇ ਕੱਚਾ ਨਜ਼ਰ ਆਉਂਦਿਆ ਨਾ ਪੱਕਾ ਨਜ਼ਰ ਆਉਂਦਿਆ। ਅੱਛਾ ਮਿੱਠਾ ਵੀ ਲੱਗਦਾ ਇਹਨੂੰ? ਮਿੱਠਾ ਵੀ ਲੱਗਦਾ, ਹੋਰ ਵੀ ਖੱਟੇ ਲੱਗਦੇ ਆ। ਬੂਟਾ ਮਰੂਦ ਦਾ ਤੈਨੂੰ ਮਿੱਠਾ ਕਿਵੇਂ ਲੱਗਣਾ? ਮੈਨੂੰ ਸਿਰਫ ਇਹ ਦੱਸ, ਮਰੂਦ ਹੀ ਲੱਗਣਾ? ਉਹ ਯਾਰ ਮਰੂਦ ਦੇ ਬੂਟੇ ਨੂੰ ਮੈਂ ਮਰੂਦ ਹੀ ਲੱਭਣਾ, ਮੈਂ ਇੱਥੋਂ ਅੰਬੀਆਂ ਲੱਭਣਾ ਆ। ਮਾਲਗੜੀ ਤੋਂ ਕੁੱਤਾ ਵੇਖਣ ਡਿਆ ਰਾਜਾ। ਯਾਰ ਮਰੂਦ ਲੱਭਣ ਦੇ ਯਾਰ ਮੇਰਾ ਕਿਉਂ ਸਿਰ ਖਾਣ ਡਿਆ? ਓਏ ਹੋਏ, ਮੇਰੇ ਤਾਂ ਵੈਸੇ ਆਪਸ ਦੀ ਗੱਲ ਆ। ਹਾਂਜੀ, ਤੈਨੂੰ ਅਗਰ ਆਈ ਨੀ ਸਾਰੀ ਜ਼ਿੰਦਗੀ, ਹੈਨਾ? ਅਗੋ ਹਾਂਜੀ ਕਹਿਣਾ ਕਿਹਾ ਜੀ? ਹਾਂਜੀ ਹੈਨਾ, ਤੁਹਾਡੀ ਗੱਲ ਮੰਨ ਲਈ ਆ। ਵੈਸੇ ਅਕਲ ਤਾਂ ਠੀਕ ਆ ਜਿੰਨੀ ਵੀ ਆ। ਕਿੰਨੀ ਕੁ ਅਕਲ ਆ ਤੁਹਾਨੂੰ ਜੀ? ਆਇਨਸਟਾਈਨ ਸਾਹਿਬ ਇਸੇ ਅਕਲ ਨਾਲ ਹੀ ਮੈਂ ਅਮਰੂਦ ਲੱਭਣ ਡਿਆ। ਅਕਲ ਦਾ ਨਹੀਂ, ਤੂੰ ਮਿਹਨਤ ਨਾਲ ਲੱਭਣ ਡਿਆ। ਉਹ ਮਿਹਨਤ ਕੀ ਮਤਲਬ? ਮੈਂ ਸਿਰ ਤੇ ਕੈਂਠੀ ਚੁੱਕੀ ਮਰੀਦ ਅਮਰੂਦ ਲਾਉਣ ਲਈ। ਇੰਨਾ ਘੱਟਾ ਤੇਰੀ ਜ਼ਿੰਦਗੀ ਜਿੰਨੀ ਜਿੰਨਾ ਸਿਰ ਤੇ ਲਾ ਲਿਆ ਤੂੰ ਅਮਰੂਦ ਨਾਲ? ਉਹ ਵੇਖ ਤਾਂ ਸਹੀ, ਉਹ ਭਾਈ ਜੀ ਅਮਰੂਦ ਲੱਭਣ ਵਾਸਤੇ ਬੜੇ ਮੁੱਦਤ ਲੱਗਦੀ ਆ। ਹਾਂ ਨਹੀਂ, ਮੈਂ ਤੈਨੂੰ ਹੈਲਮਟ ਲਿਆ ਦਿਆਂ ਘਰੋਂ, ਨਾਲ ਵੱਡੇ ਬੂਟ ਪਾ, ਦਸਤਾਨੇ ਪਾ, ਤੂੰ ਵਾਪਰਾ ਦੇ ਅਮਰੂਦ ਲਾਉਣੇ ਆ। ਮੈਂ ਦਸੰਬਰ 120 ਤੇ ਜਾ ਰਿਹਾ ਨਹਿਰੋ ਨਹਿਰ, ਕਮਾਲ ਵਾਲੀ ਗੱਲ ਆ। ਹੈਲਮਟ ਲਿਆ ਤਾ ਤੈਨੂੰ? ਕਿੰਨੀ ਕੁ ਮਿਹਨਤ ਕਰਨੀ ਪੈਣੀ ਤੈਨੂੰ ਅਮਰੂਦ ਲਾਉਣ? ਉਹ ਭਾਈ ਜੀ ਮੈਂ ਤੀਸਰੇ ਫਲੋਰ ਤੋਂ ਅਮਰੂਦ ਲਾਉਣ ਡਿਆ, ਮਿਹਨਤ ਕਰਨੀ ਡਿਆ ਤੇਰੇ ਸਾਹਮਣੇ ਹੀ ਆ। ਅੰਨਾ ਹੋ ਗਿਆ ਬਾਬਾ। ਓਏ ਬਾਬਾ ਕਿਹਨੂੰ ਕਹੀ ਜਾਣਾ ਤੂੰ? ਤੂੰ ਹੈ ਇਹ ਹੋਰ ਤੈਨੂੰ ਮਾਮਾ ਰਾਣਾ ਕਵਾਂ? ਅੱਗੇ ਆ ਤੇਰਾ ਮਿਰਦਾ। ਯਾਰ ਮੇਰਾ ਦਿਲ ਬਹੁਤ ਕਰਦਾ ਅਮਰੂਦ ਖਾਣ ਨੂੰ, ਲੱਭਣ ਦੇ ਯਾਰ। ਕਹਿੰਦਾ ਸਿਰ ਹੋਇਆ, ਹਾਡੀ ਮੂੰਹ ਦੀ ਮਾਰੀ ਹੁੰਦੀ, ਕੀ ਕੀਤਾ ਤੂੰ? ਉਹ ਭਾਈ ਜਾਨ ਮੇਰੀ ਗੱਲ ਸੁਣੋ, ਮੈਂ ਅਮਰੂਦ ਲੱਭ ਰਿਹਾ ਵਾਂ। ਆ ਤੂੰ ਆ ਕੰਨ 'ਚ ਮਰਵਾ ਲੈਣੀ, ਟਹਿਣੀ ਜਾਈ ਨਾ, ਮੇਰੇ ਟਾਹਣੀ ਲੱਗ ਜਾਏ, ਹੈ ਮੇਰਾ ਸਿਰ ਪਾਟ ਜਾਏ। ਅੱਲਾਹ ਕਰੇ, ਅੱਲਾਹ ਕਰੇ ਤੇਰਾ ਸਿਰ ਪਾਟੇ। ਉਹ ਯਾਰ ਨੈਸ਼ ਗੱਲਾਂ ਕਿਉਂ ਕਰਦਾ ਬਾਬਾ, ਜਾ ਕੰਮ ਕਰ ਜਾ ਕੇ। ਤੂੰ ਤਾਂ ਜਲੇਬੀਆਂ ਵੀ ਖਾਈ ਜਾਂਦੇ ਯਾਰ, ਤੈਨੂੰ ਆਖਰੀ ਦਰਜੇ ਦੀ ਆ। ਇਹਦੇ ਬਾਅਦ ਡਾਕਟਰਾਂ ਨੇ ਕਿਹਾ ਭਾਈ ਜੀ ਪੈਮਾਨਾ ਮੁੱਕ ਗਿਆ, ਜਿਹੜਾ ਦੱਸਦਾ ਵੀ ਸ਼ੂਗਰ ਇੰਨੀ ਆ। ਅਮਰੂਦ ਨਾ ਲੱਭੇ ਤੇ ਹੁਣ ਜਲੇਬੀ ਵੀ ਨਾ ਖਾਵਾਂ ਯਾਰ। ਮਿਰਜ਼ਾ ਅਮਰੂਦ ਦਾ ਜਲੇਬੀ ਨਾ, ਮੈਨੂੰ ਸਿਰਫ ਇਹਨਾਂ ਦੱਸ ਦੇ ਕੀ ਕਨਸੈਪਟ ਹੈ। ਅਮਰੂਦ ਤੇ ਜਲੇਬੀ ਦਾ ਚੋਲੀ ਦਾਮਨ ਦਾ ਸਾਥ ਆ, ਜਿਵੇਂ ਤੇਰਾ ਤੇ ਗੁਰਬਤ ਦਾ। ਗੁਰਬਤ ਯਾਰ ਤੂੰ ਕੈਸੀਆਂ ਗੱਲਾਂ ਕਰਦਾ ਬਾਬਾ, ਜਾ ਆਪਣਾ ਕੰਮ ਕਰ, ਤੈਨੂੰ ਘਰ ਕੋਈ ਕੰਮ ਨਹੀਂ। ਨਹੀਂ ਜੀ ਮੈਨੂੰ ਘਰ ਕੰਮ ਹੋ ਜਾਵੇ, ਬਾਹਰ ਹੀ ਖੱਜ ਲਵਾਂ। ਕੰਮ ਕਰਨ ਵਾਸਤੇ ਬੰਦਾ ਬਾਹਰ ਆਉਂਦਾ ਕਿ ਘਰ ਜਾਂਦਾ? ਸਿਰਫ ਇਹ ਦੱਸ ਦੇ। ਆ ਜਾਂਦੇ ਦੁਨੀਆ ਦੇ ਵਿਹਲੇ ਸਾਨੂੰ ਸਤਾਉਣ ਵਾਸਤੇ, ਸਾਨੂੰ ਅਮਰੂਦ ਲੱਭਣ ਦੇ ਯਾਰ। ਕੋਈ ਤਾਂ ਰਾਜਾ ਤੂੰ ਜਿਹੜਾ ਹਾਕੀ ਦਾ ਕੋਚ ਆ, ਏਡਾ ਤੈਨੂੰ ਕੰਮ ਚੜਿਆ? ਉਹ ਪਤਾ ਨਹੀਂ ਉੱਥੇ ਵੀ ਉਟਾਣੀ ਆ ਬਸ ਅਮਰੂਦ। ਹੈ ਆ ਦੇਖੀ ਨਾ ਅਮਰੂਦ ਹੀ ਆ। ਅੱਛਾ ਤੇਰੇ ਘਰ ਦੇ ਜਿਹੜੇ ਪੌਦੇ ਆ ਨਾ ਮਿਲਦਾ, ਆਹੋ ਫਲਾਂ ਵਾਲੇ, ਹਾਂ ਹਾਂ, ਇਹ ਵੀ ਬੇਬਰਕਤੇ ਜੇ ਲੱਗਦੇ ਇਲਾ ਦੀ ਕਿਸਮ, ਲੱਗਦਾ ਵੀ ਕਦੀ ਫਲ ਲੱਗਣਾ ਹੀ ਨਹੀਂ ਇਹਦੇ। ਉਹ ਯਾਰ ਪਤਝੜ ਦਾ ਮੌਸਮ ਆ, ਹੁਣ ਨਵੇਂ ਬੋਰ ਲੱਗਣੇ ਆ, ਅੰਬੀਆਂ ਲੱਗਣੀਆਂ, ਅਮਰੂਦ ਲੱਗਣੇ ਆ, ਅਨਾਰ ਲੱਗਣੇ ਆ। ਤੈਨੂੰ ਕੀ ਪਤਾ ਮੇਰਾ ਬਾਗ ਆ ਪੂਰਾ। ਕੀ ਲੱਗਣਾ? ਅੰਬੀਆਂ, ਅਨਾਰ, ਅਮਰੂਦ। ਇਹ ਤੈਨੂੰ ਸਿਖਾਏ ਕਿੰਨੇ? ਸਿਰਫ ਇਹ ਦੱਸ ਦੇ ਯਾਰ ਤੂੰ ਮੇਰੇ ਕੋਲੋਂ ਲੈਣਾ ਕੀ ਆ? ਹੈ ਤੂੰ ਕਿਸੇ ਨੂੰ ਦੇਣਾ ਕੀ ਆ? ਮੈਨੂੰ ਸਿਰਫ ਇਹ ਦੱਸ ਦੇ, ਮੈਂ ਅਮਰੂਦ ਨੂੰ ਪਾਣੀ ਦੇਣਾ ਤੇ ਅਮਰੂਦ ਨੇ ਮੈਨੂੰ ਅਮਰੂਦ ਦੇਣਾ। ਸਿਰਫ ਪਾਣੀ ਦੇਣਾ? ਹਾਂਜੀ ਪਾਣੀ ਦੇਣਾ, ਹੋਰ ਇਹਨੂੰ ਮੈਂ ਦੁੱਧ ਪਾ ਦਵਾਂ, ਮੱਖਣ ਪਾ ਦਵਾਂ, ਇਹਦੀ ਗੋਡੀ ਕਰਕੇ, ਇਹਦੀਆਂ ਜੜ੍ਹਾਂ ਦੇ ਵਿੱਚ ਦੇਸੀ ਘਿਓ ਪਾਵਾਂ। ਯਾਨੀ ਵੀ ਚੀਜ਼ ਤੂੰ ਸਿਰਫ ਉਹ ਦੇਣੀ ਕਿਸੇ ਨੂੰ ਜਿਹਦੇ ਤੇ ਪੈਸੇ ਨਾ ਲੱਗਣ, ਸਾਰਾ ਕੁਛ ਇਹਨੂੰ ਖਿਲਾਣਾ ਅਮਰੂਦ ਦਾ ਦੰਗਲਾ। ਮਿੰਟ ਬਾਅਦ ਤੇ ਕੀ ਲੈਣ ਨਿਕਲ ਜਾਂਦਾ ਉਧਰ ਪਰੇ ਨੂੰ? ਉਹ ਮੈਂ ਅਮਰੂਦ ਲੱਭਣ ਡਿਆ ਯਾਰ, ਤੈਨੂੰ ਨਜ਼ਰ ਨਹੀਂ ਆ ਰਿਹਾ? ਅੱਜ ਬਾਹਰ ਆ, ਅਮਰੂਦ ਲੱਭਣ ਡਿਆ। ਬਾਹਰ ਤੇ ਜਾ, ਜਿਵੇਂ ਤੇਰਾ ਸਾਈਕਲ ਚੁੱਕਿਆ ਯਾਰ। ਬਾਹਰ ਆ, ਕੀ ਗੱਲ ਹੈ? ਨਹੀਂ ਕਿਉਂ ਕਿਉਂ ਲੱਭਣ ਡਿਆ ਭਾਈ ਜਾਨ? ਮੈਂ ਖਾਣ ਨੂੰ ਦਿਲ ਕਰਦਾ ਮੇਰਾ। ਤੈਨੂੰ ਪਤਾ ਫਲ ਲੱਗਣਾ? ਕਿਉਂ ਨਹੀਂ ਲੱਗਦਾ? ਨਹੀਂ 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 ਸੁਣਿਆ, ਤੈਨੂੰ ਯਾਦ ਹੈ ਇੱਕ ਵਾਰੀ ਤੂੰ ਉਹ ਅੰਬ ਦਾ ਬੂਟਾ ਲਾਇਆ ਸੀ? ਯਾਦ, ਮੈਨੂੰ ਤੇ ਯਾਦ ਆ। ਤੇ ਆਹੋ ਦੁਸ਼ਹਿਰੀ ਦਾ ਹੈ, ਦੁਸ਼ਹਿਰੀ 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 ਦਾ। ਤੇ ਉਹ ਅੰਬ ਦਾ ਬੂਟਾ ਜਿਹੜਾ ਨਾ, ਉਹ ਵੀ ਇੰਨੀ ਦੇਰ ਤੂੰ ਲਾਈ ਰੱਖਿਆ, ਆਹੋ ਉਹ ਲੱਗਦਾ ਸੀ ਇਹਨੂੰ ਸਬਰ ਦਾ ਫਲ ਲੱਗਣਾ, ਯਾਨੀ ਕਿ ਇੰਨਾ ਕੁ ਟਾਈਮ ਲੱਗ ਗਿਆ। ਮੇਰਾ ਮਤਲਬ ਆ ਵੀ ਪਹਿਲੇ ਬੂਰ ਲੱਗਣਾ, ਫਿਰ ਝੜਨਾ, ਫਿਰ ਨਿੱਕੇ ਨਿੱਕੇ ਦਾਣੇ ਬਣਨੇ ਆ। ਉਹ ਲਾਇਆ ਤੂੰ ਦੁਸ਼ਹਿਰੀ ਦਾ ਸੀ?
ਉਹ ਪਿਆ ਪਿਆ ਦੁਪਹਿਰੀ ਦਾ ਹੋ ਗਿਆ ਪਤਾ ਨਹੀਂ ਬਹੁਤ ਅੱਛੇ ਵੈਰੀ ਗੁੱਡ ਉਹ ਫਿਰ ਮੈਂ ਇੱਕ ਦਿਨ ਗੌਰ ਕੀਤਾ ਤਾਂ ਫੁਲਵੈਰੀ ਦਾ ਵੀ ਲੱਗਣ ਡਿਆ ਰੰਗ ਬਦਲਿਆ ਜਗ੍ਹਾ ਜਗ੍ਹਾ ਤੁਹਾਡਾ ਉਹ ਯਾਰ ਰੰਗ ਬਦਲਿਆ ਪੱਕ ਜਾਂਦਾ ਜਦੋਂ ਅਮਰੂਦ ਜਾਂ ਅੰਬ ਥੋੜਾ ਪੀਲਾ ਹੁੰਦਾ ਹਰਾ ਹੁੰਦਾ ਫਿਰ ਪੀਲਾ ਹੋ ਜਾਂਦਾ ਮਿੱਠਾ ਹੋ ਜਾਂਦਾ ਅਮਰੂਦ ਅੰਬੋਂ ਲਾਲ ਵੀ ਹੁੰਦਾ ਅੱਛਾ ਉਹ ਪੱਕ ਜਾਂਦਾ ਹਾਂਜੀ ਜੇ ਤੇਰਾ ਮੂੰਹ ਨਹੀਂ ਪੱਕਾ ਪਿਛਲੇ ਮਹੀਨੇ ਬੁਖਾਰ ਨਾਲ ਬਹੁਤ ਅੱਛੇ ਤੂੰ ਅਮਰੂਦ ਪਕਾ ਫਿਲਹਾਲ ਮੇਰੇ ਮੂੰਹ ਨੂੰ ਛੱਡ ਦੇ ਮੈਂ ਤੈਨੂੰ ਦੱਸ ਦੇਵਾਂ ਆਪਣਾ ਨਹੀਂ ਕਦੇ ਮੂੰਹ ਦੇਖਿਆ ਬਾਬਾ ਤੂੰਉਹ ਤੂੰ ਉਹ ਪੈਂਚਰ ਲੱਭਣ ਡਿਆ ਤੂੰ ਇਹਦਾ ਉਹ ਪੈਂਚਰ ਲੱਭਣ ਫੇਰ ਉਹੀ ਗੱਲ ਕਿ ਮੈਂ ਦਾਬੜੀ ਜੋ ਅਮਰੂਦ ਲੱਭਣ ਡਿਆ ਤੂੰ ਇੰਨੀ ਮਿਹਨਤ ਕਰ ਤੂੰ ਪੈਂਚਰ ਲੱਭਣ ਡਿਆ 10 ਮਿੰਟ ਯਾਰ ਫੇਰ ਉਹੀ ਗੱਲ ਯਾਰ ਦੇਖ ਟਾਹਣੀਆਂ ਕਿੜੀ ਕਿੜੀਆਂ ਸੋਹਣੀਆਂ ਵਾ ਇਹਨਾਂ ਨੂੰ ਨਹੀਂ ਲੱਗਦਾ ਟਾਹਣੀਆਂ ਕਿੜੀਆਂ ਕਿੜੀਆਂ ਸੋਹਣੀਆਂ ਮੈਨੂੰ ਲੱਭ ਹੀ ਜਾਏਗਾ ਮੈਂ ਲੱਭਣ ਡਿਆ ਨਾ ਅੱਛਾ ਜੀ ਹਾਂਜੀ ਇਹ ਤੂੰ ਨਾ ਕੋਈ ਸ਼ੈ ਲੜਾ ਲੈਣੀ ਮਿਰਦਾ ਇਹਨਾਂ ਚੋਂ ਉਹ ਇਹਨਾਂ ਤੋਂ ਤੇ ਕੀ ਲੈਣਾ ਉਹ ਇਹਨਾਂ ਤੋਂ ਕੀ ਲੈਣਾ ਆ ਥੋੜੀਆਂ ਲੜਾਈਆਂ ਅੱਜ ਕੱਲ੍ਹ ਘਰਾਂ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਤੇਰੇ ਘਰੋਂ ਨਹੀਂ ਮੁੱਕਦੀ ਕਿੰਨੇ ਆਪ ਘਰੋਂ ਫੇਰ ਉਹੀ ਗੱਲ ਯਾਰ ਲੋਕਾਂ ਦੀ ਆਮ ਤੌਰ ਤੇ ਅੱਜ ਕੱਲ੍ਹ ਮਹਿੰਗਾਈ ਇੰਨੀ ਆ ਇਹ ਬੰਦਾ ਬੰਦੇ ਨਾਲ ਲੜਦਾ ਪਿਆ ਯਾਰ ਅੱਛਾ ਜਿੰਨੀ ਤੇਰੇ ਘਰ ਲੜਾਈ ਨਾ ਲੱਗਦਾ ਤੇਰਾ ਘਰ ਵੀਤਨਾਮ ਚ ਦੇ ਇੰਨੀ ਉੱਥੇ ਨਹੀਂ ਹੋਈ ਯਾਰ ਮੇਰੀ ਗੱਲ ਸੁਣ ਲੈ ਇਸ ਵੇਲੇ ਮਹਿੰਗਾਈ ਦਾ ਉਹ ਇਸ ਵੇਲੇ ਜਿਹੜਾ ਨਾ ਸਾਹ ਔਖਾ ਹੋਇਆ ਸਮਝ ਆਈ ਮਹਿੰਗਾਈ ਦਾ ਕਿ ਤੇਰਾ ਮਹਿੰਗਾ ਮੇਰਾ ਮਹਿੰਗਾਈ ਵੱਲੋਂ ਮਹਿੰਗਾਈ ਵੱਲੋਂ ਜੀ ਹਾਂ ਗਾਹਾਂ ਨੇ ਜਦੋਂ ਖਰਚਣਾ ਹੀ ਕੁਛ ਨਹੀਂ ਤੇ ਫਿਰ ਸਾਹ ਹੀ ਔਖਾ ਹੋਣਾ ਉਹ ਖਰਚਣਾ ਕਿਉਂ ਨਹੀਂ ਆਟਾ ਪੈਸਿਆਂ ਦਾ ਆਉਂਦਾ ਅਮਰੂਦ ਪੈਸਿਆਂ ਦੇ ਆਉਂਦੇ ਅਨਾਰ ਪੈਸਿਆਂ ਦੇ ਆਉਂਦੇ ਫਿਰ ਜਿਹੜਾ ਪਟਾਕੇ ਪੈਸਿਆਂ ਦੇ ਆਉਂਦੇ ਨਹੀਂ ਉਹ ਪੈਸਿਆਂ ਦਾ ਆਉਂਦਾ ਇਹ ਗੱਲਾਂ ਜੋ ਉਸ ਬੰਦੇ ਲਈ ਨਾ ਜਿਹਨੇ ਪੈਸੇ ਦੇਣੇ ਆ ਤੇਰਾ ਤੇ ਗੱਲ ਨਾਲ ਕੀ ਤਾਂ ਲੱਗਦਾ ਉਹ ਯਾਰ ਮੈਂ ਗੱਲ ਸੁਣਾ ਕੇ ਪੈਸੇ ਲੈਣਾ ਦੁੱਧ ਲੈਣਾ ਮੈਂ ਗੱਲ ਸੁਣਾ ਕੇ ਦੁੱਧ ਲੈਣਾ ਇੱਡੀ ਤੇਰੀ ਕਦੋਂ ਗੱਲ ਪਾਏਦਾਰ ਹੁੰਦੀ ਵੀ ਤੈਨੂੰ ਗੱਲ ਸੁਣ ਕੇ ਬੰਦਾ ਪੈਸੇ ਦੇ ਮੇਰੀ ਗੱਲ ਸੁਣ ਲਾ ਪੈਸੇ ਸਾਰੇ ਜਿਹੜੇ ਹੁੰਦੇ ਆ ਨਾ ਇਨਸਾਨ ਨੂੰ ਉਹ ਕੋਲ ਖਰਚਣ ਵਾਸਤੇ ਹੁੰਦੇ ਆ ਹਾਂ ਦੁਹਾਰੀ ਕਰਦੇ ਹਾਂ ਤੇ ਖਰਚਿਆ ਵੀ ਕਰੋ ਮਰਿਆ ਵੀ ਕਰੋ ਅੱਛਾ ਲਈ ਸੁਣੀਆਂ ਖਾਲੀ ਅੱਛਾ ਮੈਂ ਨਹੀਂ ਖਰਚਦਾ ਤੇ ਆਪ ਤੂੰ ਲੱਕ ਨੂੰ ਨੋਟ ਬੰਨੀ ਫਿਰਦਾ ਹੈ ਮੇਰੇ ਦਰਦ ਹੋਣ ਲਈ ਮਤਲਬ ਕਿ ਮੈਂ ਦਮ ਕਰਾ ਕੇ ਬੰਨੇ ਲੱਕ ਨੂੰ ਅੱਛਾ ਤੇ ਨੋਟ ਵੀ ਦਮ ਹੁੰਦਾ ਦਮ ਹੁੰਦਾ ਨੋਟ ਯਕਦਮ ਗਾਇਬ ਹੁੰਦਾ